ਮੌਲਾ ਮੱਕੇ ਚ ਦੋ ਉਮਰ ਨੇ ਡਾਡੇ ਨੇ ਜਿਹੜਾ ਤੈਨੂੰ ਚੰਗਾ ਲੱਗੇ ਮੈਨੂੰ ਦੇ ਦੇ ਚਾਸ ਚਾਸ ਨਹੀਂ ਆਈ ਚਾਸ ਨਹੀਂ ਮੱਕੇ ਵਿੱਚ ਦੋ ਉਮਰ ਨੇ ਜਿਹੜਾ ਤੈਨੂੰ ਚੰਗਾ ਲੱਗੇ ਉਹ ਅਜੇ ਦੁਆ ਨਹੀਂ ਮੱਕੀ ਤੇ ਬੂਹੇ ਤੇ ਹਜ਼ਰਤ ਉਮਰ ਆ ਗਏ ਜੇ ਏਡਾ ਮਾੜਾ ਹੁੰਦਾ ਤੇ ਰੱਬ ਨਾ ਦਿੰਦਾ ਹੈ ਤਵਜੋ ਹੈ ਜੀ ਬਾਲ ਪੈਦਾ ਤਾਂ ਹੈ ਨੌ ਮਹੀਨੇ ਬਾਅਦ ਪੇਟ ਚ ਲਾ ਕੇ ਤਵਜੋ ਮੈਂ ਅਮਲ ਕਰੇ ਸੋ ਨੌ ਮਹੀਨੇ ਬਾਅਦ ਪੇਟ ਚ ਲਾ ਕੇ ਜੰਮੇ ਸਾਨ ਇਸ ਕਿਦਾ ਇਹ ਆਸਫ ਸਾਹਿਬ ਤੋਰ ਕੇ ਆਗਨ ਮੌਲਾ ਇਕਰਾਮ ਸਾਹਿਬ ਐਸਾ ਹੀ ਦੱਸਾਂ ਉਹ ਬਾਲ ਨੌ ਮਹੀਨੇ ਬਾਅਦ ਪੇਟ ਚ ਲਾ ਕੇ ਐਸਾ ਹੀ ਸਲਾਮਤ ਪੈਦਾ ਤੇ ਆਜ਼ਾ ਬਦਨੀ ਬਿਲਕੁਲ ਸਲਾਮਤ ਸਾਨ ਇਸ ਕਿਦਾ ਜਿਸ ਸਮੇਂ ਜਾਨ ਕਹਿ ਨਹੀਂ ਕਿਆ ਹੁਕਮ ਹੈ ਨਾ ਰੱਖਵਾ ਕਿਸ ਨਾ ਸ਼ਾਨੀ ਰੱਖਣਾ ਐਲਾਨ ਨਹੀਂ ਕਰਵਾਉਣਾ ਗੁਸਲ ਨਹੀਂ ਦੇਵਣਾ ਕੱਪੜਾ ਸਫੈਦ ਹੋਵੇ ਲਪੇਟੋ ਦੇ ਕਬਰਿਸਤਾਨ ਚ ਬਣ ਕੇ ਖੰਡਾ ਖੱਟ ਕੇ ਵਿੱਚ ਦਫਨ ਕਰੋ ਚਾ ਕੋਈ ਲਾਹਦ ਨਹੀਂ ਬਣਾਉਣੀ ਕੋਈ ਕਬਰ ਨਹੀਂ ਬਣਾਉਣੀ ਕੋਈ ਜਨਾਜ਼ਾ ਨਹੀਂ ਕੋਈ ਦੁਆ ਨਹੀਂ ਮਸਲਾ ਠੀਕ ਹੀ ਆ ਇਹ ਟੁਰੇ ਤਬੀਆ ਬੰਦਾ ਆ ਗਿਆ ਇਹ ਜੋ ਨਜਾਬ ਹਜ਼ਰਤ ਮੌਲਾਨਾ ਨਸੀਮ ਸੁਲਤਾਨੀ ਸਾਹਿਬ ਆ ਗਏ ਇਹ ਜਨਾਬ ਬਾਲ ਪੈਦਾ ਥਾਏ ਮਾਂ ਦੇ ਪੇਟ ਚ ਨੌ ਮਹੀਨੇ ਲਾ ਕੇ ਬਹਿਰ ਨਿਕਲੇ ਇਵੇਂ ਸਾਹ ਆਏ ਇੱਕ ਚੀਖ ਮਾਰੀ ਇਸ ਤਵਜੋ ਮੈਂ ਅਮਲ ਕਰਿਆ ਚੀਖ ਦਰੂਸ਼ਰੀ ਪੜੋ ਉਧਰ ਮੀਟਿੰਗ ਹੋ ਜਾਏ ਉੱਚੀ ਵਾਰ ਨਾ ਬੋਲਿਆ ਕਰੋ ਤੇਰਾ ਸਮਾਨ ਲੈ ਤਵਜੋ ਹੈ ਨੀ ਮੇਰੇ ਵੱਲ ਬਾਬਾ ਜੀ ਬਹਿਰਾ ਯਾਰ ਤੇਰਾ ਉੱਚੀ ਵਾਰ ਨਾ ਬੋਲੋ ਤੇਰਾ ਸਮਾਨ ਲੈ ਯਾਰ ਤੋ ਵਜੇ ਮੇਰੇ ਵੱਲ ਭਾਈ ਵਾਲਾ ਇਹ ਸਟੇਜ ਤੇ ਡਿਸਪਲਿਨ ਨਾ ਕਰ ਮੈਂ ਤਵਜੋ ਮੇਰੇ ਵੱਲ ਰੱਖਣਾ ਬਾਲ ਨੌ ਮਹੀਨੇ ਬਾਅਦ ਪੇਟ ਚ ਲਾ ਕੇ ਪੈਦਾ ਥੇ ਚੀਖ ਮਾਰੀ ਇਹ ਸਾਰੇ ਤੇ ਵੱਲ ਫੌਤ ਠੀਕ ਹੈ ਹੁਣ ਕੀ ਹੁਕਮ ਹੈ ਸਹੀ ਦੀ ਸਬਾਦ ਸਹੀ ਕੋ ਨਹੀਂ ਦਾ ਨਾ ਹੀ ਰੱਖੋ ਉਸ ਲਈ ਕਰਾਓ ਕਫਨ ਨਹੀਂ ਮੰਗਵਾਓ ਪਵਾਓ जनाब जनाजा ही पढ़ावन ऐलान ही करो कबर ही बनाओ लाहा ही बनाओ हथा से चाहो सारा मजमा मुल्क का सदर पिछू हो हथा से चाह के अगर वजे दफना भी प्रोटोकोल दफनाओ ए दो ने टुर गया तो त्रीया बंदा खड़ा होगा कहने मौली साहब बड़ी गल है नौ महीने वह भी मां के पेट च ला के आया नौ महीने यह भी मां के पेट च ला के आया वह मां के पेट च ला के उनके वास्ते गुसल कफन दफन जनाजा कशा कह नहीं इन वास्ते गुसल ही है कफन ही है दफन ही जनाजा ही नौ महीने तो यह मां के पेट ला के आए फर्क ही है सही दी साहब आखन लगे फर्क तो बड़ा वड्डा है वह भी नौ महीने ला के वह भी नौ महीने ला के कोई शक नहीं वह भी सही सलामत पैदा है भी सही सलामत पैदा होया पर जनाजा नहीं यह जनाजा वजह है वे कि उमर नसीब नहीं हुई उमर मिली चस चस नहीं आई समझो है जनाजा होना है उमर मिली है और असि यही दसना चाहते हैं और जिन उम्र नसीब ना हो असा भी जनाजा नहीं पढ़ते जो उम्र न प्यार ना करे भी जनाजा नहीं पढ़ते है जी।